ਅਸਲਾਮ ਵਾਲੇਕੁਮ ਜੀ, ਐਚ ਐਮ ਟੀ ਵਲੋਗ ਵਿੱਚ ਖੁਸ਼ ਆਉਂਦੀ। ਉਮੀਦ ਕਰਨਾ ਤੁਸੀਂ ਸਾਰੇ ਭੈਣਾਂ ਭਰਾ ਠੀਕ ਠਾਕ ਹੋ ਸੋ ਅਤੇ ਅੱਲਾਹ ਤਾਲਾ ਨੇ ਜੋ ਮਾਲਿਕ ਕੇ ਸੋ ਅਤੇ ਸਮਾਂ ਪਿੱਛੇ ਵੈਦਰ ਤੱਕ ਰਹੇ ਹੋ ਸੋ ਮੌਸਮ ਤੱਕ ਰਹੇ ਹੋ ਸੁਰਤਾਲ ਮਜ਼ਾ ਆਈ ਹੈ ਵੀਡੀਓ ਬਣਾਉਣੇ ਲਈ ਕਿ ਸੁਬਹਾ 9-10 ਵਜੇ ਦਾ ਟਾਈਮ ਹੈ ਅਤੇ ਸਭ ਪਿੱਛੇ ਤੱਕ ਇਹਨੂੰ ਅੰਧੇਰਾ ਕਿਤਨਾ ਆ, ਸੁਬਹਾ ਦਾ ਟਾਈਮ ਹੈ, ਰਾਤ ਦਾ 9-10 ਨਹੀਂ ਹੈ। ਇਤਨਾ ਸ਼ਦੀਦ ਤੂਫਾਨ, ਇਤਨੀ ਸ਼ਦੀਦ ਆਉਂਦੀ ਅਤੇ ਇਸ ਤਰ੍ਹਾਂ ਅੰਧੇਰੀ ਰਾਤ ਪੈਂਦੀ ਹੈ ਕਿ ਅੱਲਾਹ ਖੈਰ ਕਰੇ ਅਤੇ ਇਹ ਮੈਂ ਤੁਹਾਨੂੰ ਸੁਣਾ ਸ਼ੇਅਰ ਕਰਾਂ ਤੱਕੋ ਕਿ ਮੌਸਮ ਕਿਤਨਾ ਜ਼ਿਆਦਾ ਖਰਾਬ ਹੋਇਆ, ਕਿਤਨੀ ਜ਼ਿਆਦਾ ਅੰਧੇਰੀ ਰਾਤ ਪਈ ਵੀ। ਕੱਲ੍ਹ ਇਤਨੀ ਸ਼ਦੀਦ ਤਰੀਨ ਗਰਮੀ ਸੀ, ਕੱਲ੍ਹ 38-38 ਟੈਂਪਰੇਚਰ ਗਿਆ ਸੀ ਅਤੇ ਅੱਜ ਸੋ ਤੱਕ ਨੂੰ ਸੁਰਤ ਆ ਲੈ ਕੇ ਇਹ ਕੁਛ ਤੱਕ ਤਾਂ ਪਤਾ ਲੱਗਣਾ ਕਿ ਇਹ ਟਾਈਮ ਸੁਬਹਾ ਨਾ ਆਇਆ। ਸੁਬਹਾ ਸੁਬਹਾ ਜਿਸ ਟਾਈਮ ਸੂਰਜ ਸਹੀ ਆਪਣੇ ਜੋਬਨ ਪਰ ਆਉਣਾ, ਅਰੂਜ ਪਰ ਆਉਣਾ, 10-11 ਵਜੇ ਸਹੀ ਸੂਰਜ ਪਖਿਆ ਹੋਣਾ, ਇਹ ਉਸ ਟਾਈਮ ਹੈ ਕਿ ਉਸ ਟਾਈਮ ਸੋ ਤੱਕ ਨੂੰ ਬਿਲਕੁਲ ਅੰਧੇਰਾ ਪਿਆ ਅਤੇ ਉਸ ਤੋਂ ਕੋਈ ਬਾਰਿਸ਼ ਚਮਕਣੀ, ਬਾਰਿਸ਼ ਸ਼ੁਰੂ ਹੋ ਗਈ ਹੈ। ਪਹਿਲੇ ਕਾਫੀ ਸਾਰਾ ਜਿਹੜਾ ਸੀ ਨਾ ਤੂਫਾਨ ਜਿਹਾ ਸੀ, ਧੂੜ ਜਿਹੀ ਸੀ ਕਾਫੀ ਸਾਰੀ, ਅਤੇ ਮੈਂ ਇੱਧਰ ਆਪਣੇ ਮਾਮੂ ਹੋਰਾਂ ਦੀ ਕੋਠੀ 'ਚ ਇੱਥੇ ਹੀ ਖੜੀ ਸੀ ਦੱਸੀ ਸਕਣਾ ਕਿਉਂਕਿ ਬਾਰਿਸ਼ ਹੈ, ਫਿਰ ਬਾਹਰ ਤਾਂ ਨਹੀਂ ਜਾਣਾ ਹੋਣਾ। ਇਹ ਦੂਜੀ ਸਾਈਡ ਹੈ ਜਿਹੜੀ ਇਸ ਨੂੰ ਸੁਰੂ ਤਾਲਫਾ ਤੱਕੋ, ਇਹ ਬਾਰਿਸ਼ ਆਉਣਾ ਸ਼ੁਰੂ ਹੋ ਗਈ ਹੈ। ਇਹ ਤੱਕੋ ਜੀ, ਓਏ ਹੋਏ ਹੋਏ, ਸੁਰੂ ਤਾਲ ਤੱਕੋ, ਬਾਰਿਸ਼ ਸਹੀ ਆਈ ਵੀ, ਇਹ ਬਾਰਿਸ਼ ਜਿਹੜੀ ਹੈ ਇਹ ਜੀ ਸੁਰਤਾਲ ਨਾਲ ਆਈ ਵੀ, ਇਹ ਲੱਗਣਾ ਨਹੀਂ ਹੈ ਕਿ ਬੈਰੀ ਬੈਲੀ ਖਲੈ। ਅਤੇ ਚਲੋ ਅੱਲਾ ਇਸ ਕੀ ਰਹਿਮਤ ਬਣਾਇਆ ਸਾਂ ਵਾਸਤੇ, ਅਤੇ ਗਰਮੀ ਵੈਸੇ ਹੀ ਬਹੁਤ ਸ਼ਦੀਦ ਹੋ ਗਈ ਸੀ, ਅਸਾਂ 1-2 ਦਿਨਾਂ 'ਚ ਘਬਰਾਈ ਗਏ ਸਾਂ ਗਰਮੀ ਨਾਲ, ਅਤੇ ਅੱਲਾ ਨਾ ਕਰੋ ਮੈਂ ਕਿ ਅੱਲਾ ਤਾਲਾ ਅਸਾਂ ਕਿ ਬਾਰਿਸ਼ ਦੇ ਤਾਂ ਥੋੜ੍ਹਾ ਚਲੋ ਮੌਸਮ ਠੀਕ ਕਰੀ ਉੜਿਆ। ਅਤੇ ਚਲੋ ਅਸੀਂ ਬਾਹਰ ਨੇ ਵੀ ਦੂਜੀ ਸਾਈਡ ਵੀ ਦੱਸਣੇ ਹਾਂ। ਅੱਛਾ ਜੀ, ਇਹ ਥੋੜ੍ਹੀ ਜਿਹੀ ਮਜ਼ੀਦ ਉੱਚੀ ਜਗ੍ਹਾ ਜਾਣੇ ਆ। ਇਹ ਤੱਕੋ ਜੀ, ਇਹ ਸਾਨੇ ਮਾਮੂ ਹੋਰਾਂ ਦੀ ਕੋਠੀ ਹੈ, 3rd floor ਹੈ ਇਸ ਨਾਲ, ਅਤੇ ਇਹ ਤੱਕੋ ਸੁਰਤਾਲ, ਅਤੇ ਬਾਰਿਸ਼ ਕਿਤਨੀ ਸ਼ਦੀਦ ਹੈ। ਓਏ ਹੋਏ 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 ਹੋਏ, ਜ਼ੁਲਮ ਹੈ, ਓਏ ਇਹ ਖੱਟ ਵੀ ਸਿੱਧੀ ਕਰੀ ਉੜੋ, ਕੈਸ ਕਹਿਣੇ ਖੱਟਾ ਭਰਨਾ ਪਾਣੀ ਖੱਟਣਾ ਸਿੱਧਾ। ਅਤੇ ਅਵਰਾਲ ਦੂਜੀ ਸਾਈਡ ਵੀ ਦੱਸਣੇ ਹਾਂ ਜਿਹੜੀ ਹੋਣੀ ਵੈਸਟਲੀ ਸਾਈਡ, ਮਗਰਬਲੀ ਸਾਈਡ, ਉਹ ਦੱਸਣੇ ਹਾਂ। ਬਿਲਕੁਲ ਮੌਸਮ ਨਹੀਂ ਸੁਰਤਾਲ ਤੋਂ ਖੁਸ਼ਾ, ਇਸ ਟਾਈਮ ਮੌਸਮ ਕਿਤਨਾ ਜ਼ਿਆਦਾ ਖਰਾਬ ਹੈ, ਓਏ ਹੋਏ ਹੋਏ ਕਿਤਨਾ ਸ਼ਦੀਦ ਮੌਸਮ ਹੈ। ਅੱਲਾਹ ਤਾਲਾ ਖੈਰ ਅਫੀਅਤ ਨਾਲ ਇਹ ਸਾਰਾ ਮਾਮਲਾ ਕਰਨ ਅਤੇ ਕੋਈ ਨੁਕਸਾਨ ਵਗੈਰਾ ਨਾ ਹੋਇਆ ਕਿਸਾਨ। ਅਤੇ ਇਹ ਤੋਂ ਕੋਈ ਮਾਸ਼ਾ ਅੱਲਾ, ਇਹ ਸਾਡਾ ਇਲਾਕਾ, ਇਹ ਆਸਨ ਉਹ ਮਦਰਸਾ ਜਾ ਜਿਹੜਾ ਦਰੇਕ ਲਗੀ ਵੀ ਹੈ, ਇਸ ਤੋਂ ਨਾਲ ਪਰ ਮਦਰਸਾ ਸਨ, ਇਹ ਹੁਣ ਇਹ ਡੈਮਾਂ ਵਾਲੀ ਸਾਈਡ ਹੈ, ਇਸ ਕੀ ਕਹਿਣੇ ਜੀ ਜਨੂਬਲੀ ਸਾਈਡ ਮਨ ਖਿਆਲ ਹੈ ਕਿ ਅਤੇ ਐਂ ਤੋਂ ਕੋਈ ਸੁਰਤਾਲ। ਇਤਨੀ ਅੰਧੇਰੀ ਰਾਤ, ਮੈਂ ਨਹੀਂ ਤੱਕੀ ਕਰਦਾ ਕਿ ਇਸ ਸੁਬਹਾ ਸੁਬਹਾ ਦੇ ਟਾਈਮ ਇਤਨੀ ਅੰਧੇਰੀ ਰਾਤ ਵੈ, ਹੁਣ ਹਵਾ ਵੀ ਕਾਫੀ ਸ਼ਦੀਦ ਹੈ ਅਤੇ ਓਹ ਬਾਹਰ ਜਾਣ ਹੀ ਨਹੀਂ ਆਉਣਾ। ਅਤੇ ਤੱਕੀ ਕਿਹਨੂੰ ਸੁਰਤਾਲ, ਮੈਂ ਹਾਲੇ ਪਾਣੀ ਇੱਥੋਂ ਨਹੀਂ ਗਿਆ, ਅੰਦਰ ਬਸ ਦੁਆ ਕਰੋ ਜੀ। ਹੈ ਵੈਸੇ ਇਸ ਮੌਸਮ ਨਾਲ ਖੁਸ਼ੀ ਵੀ ਹੋਣੀ ਹੈ ਕਿ ਕੱਲ੍ਹ ਬਹੁਤ ਜ਼ਿਆਦਾ ਸ਼ਦੀਦ ਜਿਹੜੀ ਸੀ ਨਾ, ਕੱਲ੍ਹ ਬਹੁਤ ਜ਼ਿਆਦਾ ਸ਼ਦੀਦ ਗਰਮੀ ਸੀ, ਅਤੇ ਇਸ ਗਰਮੀ ਤੋਂ ਸ਼ੁਕਰ ਹੈ ਜਾਣ ਛੁੱਟੀ ਕਿ ਕੱਲ੍ਹ ਇੱਕ ਵਾਰ ਘਬਰਾਈ ਗਏ ਸਨ ਸਾਰੇ। ਅਤੇ ਸਾਨੂੰ ਡਡਿਆਲ ਨੇ ਹਾਲਾਤ ਨੇ ਬਾਰੇ ਜਿਸ ਕਿ ਪਤਾ ਹੋ ਸੀ ਕਿ ਸਾਨੂੰ ਡਡਿਆਲ ਜਿਹੜਾ ਉਸਨੇ ਸੁਰਤਾਲਕਾ ਚੱਲੀ ਰਹੀ, ਅਤੇ ਇਹ ਹਾਲਾਤ ਖਰਾਬ ਨੇ ਮੌਸਮੀ, ਲੇਕਿਨ ਮੌਸਮੀ ਤੋਂ ਇਲਾਵਾ ਜਿਹੜੇ ਡਡਿਆਲ ਨੇ ਦੋਵੇਂ ਹਾਲਾਤ ਨੇ, ਸਿਆਸੀ ਹਾਲਾਤ, ਲੋਕਾਂ ਦੇ ਹਾਲਾਤ, ਜਿਹੜੇ ਅਸਾਂ ਨੇ ਹਕੂਮਤ ਨਾਲ ਮਾਮਲਾਤ, ਉਹ ਇਸ ਤੋਂ ਜ਼ਿਆਦਾ ਖਰਾਬ ਨੇ।
ਕੱਲ ਤਕਰੀਬਨ ਪੂਰਾ ਡਡਿਆਲ ਜਿਹੜਾ ਪੂਰੇ ਕਸ਼ਮੀਰ ਚ ਵਾਈਡ ਡਡਿਆਲ ਸੀ, ਜਿਸ ਨਾਲ ਇੱਕ ਮਤਲਬ ਕਿ ਟੋਪ ਟ੍ਰੈਂਡ ਪਰ ਸੀ ਜਿਹੜਾ ਇਸ ਮਾਮਲੇ 'ਚ, ਕਿ ਬਹੁਤ ਜ਼ਿਆਦਾ ਮਾਮਲਾਤ ਖਰਾਬ ਹੁੰਦੇ ਡਿਆਲ ਵਿੱਚ। ਅੱਲਾ ਖੈਰ ਕਰੇ ਤਾਂ ਜਿਹੜਾ ਕੋਈ ਇਹਨਾਂ ਨਾਲ ਆਪਸੀ ਮਾਮਲਾਤ ਹਕੂਮਤ ਆਵਾਮ ਨੇ ਤਾਂ ਇਹ ਬਾਖੂਬੀ ਬਸਲੂਬੀ ਖੁਸ਼ਸਲੂਬੀ ਨਾਲ ਇਹ ਤੈ ਪਾਉਣ ਤੇ ਤਾਂ ਕਿ ਕੋਈ ਇਹਨਾਂ ਨਾਲ ਆਪਸ ਵਿੱਚ ਕੋਈ ਕੋਈ ਨੁਕਸਾਨ ਨਾ ਹੋਵੇ। ਤਾਂ ਇਹ ਤਾਂ ਕਹੋ ਜੀ ਸੂਰਤ ਹਾਲ ਸੋ ਕਿ ਮਜ਼ੀਦ ਕਹਿ ਕੇ ਦੱਸਾਂ ਇੱਥੇ ਮਾਵੇਂ ਇਹਨਾਂ ਨੇ ਮਾਰਬਲ ਸ਼ਰਬਲ ਲੱਗਣਾ ਪਸਿਆ, ਜੋ ਬਿਸਤਰੀ ਵੀ ਛੁੱਟੀ ਕਰੀ ਗਏ ਵਿਚਾਰੇ ਕਿਸ ਤਰ੍ਹਾਂ ਅੱਛਾ ਸਵੇਰਿਆਂ ਨੇ, ਮੌਸਮ ਖਰਾਬ ਹੈ ਤਾਂ ਇਹ ਤਕੀਕ ਨੂੰ ਤਾਂ ਕਾਫੀ ਪਿਆਰਾ ਕਾਫੀ ਸਾਰੀ ਹੁਣ ਸਹੀ ਹਰ ਚੀਜ਼ ਲੱਗੇਗੀ ਇਸਨੇ ਬਸ ਤਾਂ ਹਰ ਚੀਜ਼ ਕਿਆ ਸਕਿਆ ਟਮਾਟਰ ਉਹ ਤਾਂ ਕੋਈ ਟਮਾਟਰ ਦੱਸਣੇ ਇੱਥੇ ਦੂਰ ਹੀ ਖਲੀਦਾ ਉੱਧਰ ਜਾਣ ਨਹੀਂ ਹੋਣਾ ਤਾਂ ਟਮਾਟਰ ਲਗੇ ਵੇ। ਉਸ ਤੋਂ ਬਾਅਦ ਅਮਰੂਦਾਂ 'ਚ ਕਾਫੀ ਸਾਰੇ ਕਿਆ ਸਕਿਆ ਨੇ ਜੀ ਫੁੱਲ ਛੁੱਲ ਲਗੇ ਵੇ, ਹੁਣ ਅੰਧੇਰੀ ਰਾਤ 'ਚ ਸਹੀ ਸਫਾਈ ਕੋਈ ਨਹੀਂ ਅਤੇ ਬਾਰਿਸ਼ ਵਗੈਰਾ ਹੈ ਗੰਦ ਹੈ, ਇਸ ਵਜ੍ਹਾ ਤੋਂ ਸਹੀ ਜ਼ੂਮ ਦੱਸਣਾ ਨਹੀਂ ਸਹੀ ਕਿਆ ਦੱਸਣਾ ਇੱਥੇ ਅਤੇ ਐਪ ਦੱਸੋ ਐਪਲ ਛੁੱਲ ਉਹ ਐਪਲ ਛੁੱਲ ਲਗੇ ਵੇ ਬਾਕੀ ਉਹ ਸਾਰੀਆਂ ਚੀਜ਼ਾਂ ਹਰ ਇੱਕ ਚੀਜ਼ ਹੈ ਪੂਦਨਾ ਤਨੀਆਂ ਹਰ ਇੱਕ ਚੀਜ਼ ਲਗੀ ਤਾਂ ਮਾਸ਼ਾ ਅੱਲਾ ਸਹੀ ਬਾਰਿਸ਼ ਜੁੱਟੀ ਵੀ ਪਾਣੀ ਨਹਿਰਾਂ ਜਾਣੀਆਂ ਮੇਦਰੂੰ ਚਲੋ ਫਿਰ ਕਰਨੇ ਆ ਵੀਡੀਓ ਐਂਡ ਇਜਾਜ਼ਤ ਹੈ ਇਨਸ਼ਾ ਅੱਲਾ ਮਿਲਣੇ ਨੈਕਸਟ ਵੀਡੀਓ ਠੀਕ ਹੈ ਫਿਰ ਅੱਲਾ ਹਾਫਿਜ਼।